ਗੁੱਡ ਮਾਰਨਿੰਗ ਟੀਮ ਸਿਕਨੋਮਿਕਸ ਅੱਜ 17 ਅਪ੍ਰੈਲ 2024 ਜਿਵੇਂ ਕਿ ਕੋਲ ਆਪਣਾ ਆਲ ਟਾਈਮ ਹਾਈ ਬਣਾ ਕੇ 2431 ਪੁੱਲ ਬੈਕ ਕਰ ਚੁੱਕਿਆ ਹੈ ਸੋ ਪੁੱਲ ਬੈਕ ਕਰਨ ਤੋਂ ਬਾਅਦ ਜਿਹੜਾ ਹੈਗਾ ਗੋਲਡ ਵਾਪਸੀ ਅਪਸਾਈਡ ਦੀ ਕੋਸ਼ਿਸ਼ ਕਰੇਗਾ ਜਿਵੇਂ ਕਿ ਸਾਨੂੰ ਨਜ਼ਰ ਆ ਰਿਹਾ ਹੈ ਕੱਲ ਦੀ ਕੈਂਡਲ ਬਹੁਤ ਹੀ ਇੱਕ ਡੋਜੀ ਜੀ ਕੈਂਡਲ ਹੈਗੀ ਹੈ ਸੋ ਜਿਹਦੇ ਚ ਕੋਈ ਡਿਸੀਜਨ ਨਹੀਂ ਲੈ ਸਕਿਆ Ooh. but us to so pehla di candle ek big fat candle hai gi hai green wali so ajj ki hovega no news news impact hovega initial jobless claim and others war jada huga conflict between gcc countries and israel and others so that can also give rise or down to the gold movement now the thing is ਏਸ਼ੀਆ ਸੈਸ਼ਨ ਹੈ ਲੋ ਵੋਲੀਮ ਹੈ ਪ੍ਰੀਵियस ਕੈਂਡਲ ਦਾ ਕੋਈ ਵੀ ਲੈਵਲ ਨਹੀਂ ਹੈਗਾ ਅਗਰ ਇਹ ਆਪਣਾ ਹਾਈ ਤੋੜ ਗਿਆ ਪਹੁੰਚਦਾ ਹੈ ਫਿਰ ਇਹ ਅੱਜ ਦਾ অল ਟਾਈਮ ਹਾਈ ਆਪਣਾ 2431 ਨੂੰ ਟਚ ਕਰ ਸਕਦਾ ਹੈ ਅਗਰ ਇਹ ਡਾਊਨ ਆਂਦਾ ਹੈ ਫਿਰ ਇਹ ਇੱਕ ਪ੍ਰੈਡਿਕਟਡ ਲੈਵਲ ਤੱਕ ਆ ਸਕਦਾ ਜਿਵੇਂ ਕਿ 23 50 2300 ਠੀਕ ਹੈ ਇਸ ਲੈਵਲ ਤੱਕ ਕੋਲ ਫਿਰ ਡਾਊਨ ਆ ਸਕਦਾ ਹੈ ਡਿਪੈਂਡਸ ਕੀ ਇਹ ਵਾਲੀ ਕੈਂਡਲ ਕਿਸ ਤਰਫ ਮੂਵ ਕਰਦੀ ਹੈ ਬਾਕੀ ਸਮਾਲ ਟਾਈਮ ਫਰੇਮ ਦੇ ਵਿੱਚ ਦੇਖਣ ਤੋਂ ਪਤਾ ਚੱਲੇਗਾ ਕਿ ਕਿਵੇਂ ਜਿਹੜਾ ਹੈਗਾ ਏ ਸਟਰਕਚਰ ਬਣ ਰਿਹਾ ਹੈ ਮਾਰਕੀਟ ਦਾ 4 ਆਵਰਸ ਦੇਖ ਸਕਦੇ ਹੋ ਕਨਸੋਲਡੇਸ਼ਨ ਹੈਗੀ ਹੈ ਰੇਂਜ ਦੇ ਵਿੱਚ ਮਾਰਕੀਟ ਸੋ ਡਾਉਨਸਾਈਡ ਤਾਂ ਸਾਰੇ ਬਾਇਰਸ ਹੀ ਨੇ ਸੋ ਵਿਚ ਵਿਲ ਵਿਚ ਕੈਨ ਪੁਸ਼ ði ਮਾਰਕੀਟ ਅਪਸਾਈਡ ਨਾਓ ਅਪਸਾਈਡ ਸੈਲਰਸ ਨੇ ਇਸ ਕਰਕੇ ਅਸੀਂ ਇੱਥੇ ਵੀ ਇੱਕ ਲੈਵਲ ਕਲ ਮਾਰਕ ਕੀਤਾ ਸੀਗਾ ਡਿਊਰਿੰਗ ਟ੍ਰੇਨਿੰਗ ਸੈਸ਼ਨ ਏ ਲੈਵਲ ਨੂੰ ਜੇ ਆਪਾਂ ਹੁਣ ਵੀ ਮਾਰ ਕਰੀਏ ਬodies ਜਿਹੜੀ ਹੈਗੀ ਇੱਥੇ ਕੱਟ ਹੋਈ ਸੀ ਸਾਰੀ ਸੋ ਇਹ ਇੱਕ ਸਟਿਫ ਰਿਸਿਸਟੈਂਸ ਹੈਗਾ 2396 ਦੇ ਉੱਤੇ ਸੋ ਆਲਮੋਸਟ ਸਾਈਕੋਲੋਜੀਕਲ ਲੈਵਲ ਹੈਗਾ 2400 ਦਾ ਅਗਰ ਬ੍ਰੇਕ ਹੁੰਦਾ ਹੈ ਅਪਸਾਈਡ ਫਿਰ ਇਹ 2431 ਤੱਕ ਜਾਏਗਾ ਵਧੀਆ ਇੱਕ ਮੂਵਮੈਂਟ ਦੇਖਣ ਨੂੰ ਮਿਲ ਸਕਦੀ ਹੈ 4 ਆਵਰ ਦੇ ਅਕੋਰਡਿੰਗ ਡਾਊਨਸਾਈਡ ਦਾ ਕੋਈ ਟਰਸਟ ਨਹੀਂ ਹੈਗਾ ਇਹਦਾ ਕੱਲ ਵੀ ਮਾਰਕਟ ਆਈ ਸੀਗੀ ਬਟ ਕੋਈ ਪ੍ਰੋਪਰ ਅਸੀਂ ਕਾ ਚੀ ਨਹੀਂ ਕਰ पाए ਕਿਉਂਕਿ ਮੂਵਮੈਂਟ ਹੀ ਜਿਹੜੀ ਹੈਗੀ ਆ ਉਹ ਜਿਗਜੈਗ ਸੀ ਇਸ ਵੇਲੇ ਦੇਖ ਸਕਦੇ ਹੋ ਕਨਸੋਲਡੇਸ਼ਨ ਚੱਲ ਰਹੀ ਹੈ 노 ਬਾਈ 노 ਸੈਲ ਸੋ ਇੱਕ ਬ੍ਰੇਕ ਹੋਣ ਦਾ ਵੇਟ ਕਰੋ ਅਪਸਾਈਡ ਜਾਂ ਡਾਊਨਸਾਈਡ ਡਾਊਨਸਾਈਡ ਤੇ ਜਿਵੇਂ ਮੈਂ ਕਹਾਂ ਚਾਂਸਸ ਘਟ ਨੇ ਜਦ ਤੱਕ ਫੰਡਾਮੈਂਟਲ ਇਹਨੂੰ ਪੁਲ ਪੁਸ਼ ਨਾ ਕਰੇ ਡਾਊਨਸਾਈਡ ਓਕੇ 30 ਮਿੰਟਸ ਦੇਖ ਸਕਦੇ ਹੋ ਸੇਮ ਲੈਵਲਸ ਤੇ ਟੈਸਟਡ ਲੈਵਲ ਨੇ ਡੇਲੀ ਦੇ ਵਿੱਚ ਆਪਣਾ ਹਾਈ ਹਿੱਟ ਅਗਰ ਕੈਂਡਲ ਤੋੜਦੀ ਹੈ ਫਿਰ ਅਬ ਸਾਈਡ ਦੀ ਮੂਵਮੈਂਟ ਲੇਖਣ ਨੂੰ ਮਿਲ ਸਕਦੀ ਹੈ ਨਹੀਂ ਤਾਂ ਡਾਊਨ ਸਾਈਡ ਦੀ ਮੂਵਮੈਂਟ ਵੀ ਹੈਗੀ ਜਿਹੜੀ ਹੈਗੀ ਹੋ ਸਕਦੀ ਹੈ ਥੋੜੀ ਜਿਹੀ ਤੇ ਕਨਸੋਲਡੇਸ਼ਨ ਇਜ਼ ਅ ਬਿਗ ਥਿੰਗ ਜਿਹੜੀ ਕਿ ਅੱਜ ਲੰਡਨ ਤੱਕ ਹੋ ਸਕਦੀ ਹੈ ਆਪਾਂ ਕੋਸ਼ਿਸ਼ ਕਰਾਂਗੇ ਲੰਡਨ ਦੇ ਵਿੱਚ ਲਾਈਵ ਆਵਾਂਗੇ ਸੋ ਤੁਸੀਂ ਦੇਖ ਸਕਦੇ ਹੋ ਕੋਈ ਖਾਸ ਮੂਵਮੈਂਟ ਨਹੀਂ ਹੈਗੀ ਹੈ ਸਵੇਰ ਤੋਂ ਠੀਕ ਹੈ ਇੱਕ ਹੋਰ ਇੰਟਰਨਲ ਜਿਹੜਾ ਹੈਗਾ ਸਮਾਲ ਲੈਵਲ ਨਜ਼ਰ ਆ ਰਿਹਾ ਹੈ ਸੋ ਇਹਨੂੰ ਤੁਸੀਂ ਮਾਰਕ ਕਰ ਸਕਦੇ ਹੋ ਇੱਥੇ ਆ ਕੇ ਕੋਲ ਵਾਪਸੀ ਕਰ ਸਕਦਾ ਹੈ ਲੇਕਿਨ ਕੋਈ ਵੱਡੀ ਮੂਵਮੈਂਟ ਨਹੀਂ ਹੋਏਗੀ ਠੀਕ ਹੈ ਜੀ ਸੋ ਟੇਕ ਕੇ ਗਾਇਸ ਥਿਸ ਇਜ਼ ਹਾਊ ਵੀ ਵਿਲ ਟ੍ਰੇਡ ਸਮਾਲ ਟ੍ਰੇਡਸ ਨੂੰ ਜਿਹੜੇ ਹੈ ਜੀ ਬਹੁਤ ਹੀ ਬੜੇ ਪਿਪਸ ਦੇ ਪਿੱਛੇ ਨਹੀਂ 50 50 ਕਰਕੇ ਅਗਰ ਆਪਣੇ ਤੁਸੀਂ 20 30 ਪਿਪ ਸ਼ਾਮ ਤੱਕ ਸਿਕਿਉਰ ਕਰ ਲੈਂਦੇ ਹੋ ਤੇ ਇਹ ਜਿਹੇ ਰੂਟੀਨ ਤੁਹਾਡਾ ਬਣ ਜਾਂਦਾ ਹੈ ਦਿਨ ਯੂ ਆਰ ਆਊਟ ਫਰਮ ਡੇਂਜਰ ਸੋ ਤੁਸੀਂ ਇੱਕ ਵਧੀਆ ਸਕਸੈਸਫੁਲ ਰਸਤੇ ਤੇ ਜਾ ਸਕਦੇ ਹੋ ਠੀਕ ਹੈ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ